ਛੇਵੇਂ ਪੇ ਕਮਿਸ਼ਨ ਵਿੱਚ ਡਾਕਟਰਾਂ ਨੂੰ ਮਿਲਣ ਵਾਲੇ ਐਮ ਪੀ ਏ ਵਿੱਚ ਕੀਤੀ ਗਈ ਕਟੌਤੀ ਨੂੰ ਲੈ ਕੇ ਅੱਜ ਡਾਕਟਰਾਂ ਨੇ ਫਿਰ ਪੰਜਾਬ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਿਆ। ਗੁਰਦਾਸਪੁਰ ਵਿੱਚ ਡਾਕਟਰਾਂ ਨੇ ਸਿਵਲ ਸਰਜਨ ਦਫ਼ਤਰ ਨੂੰ ਤਾਲਾ ਮਾਰ ਕੇ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਡਾਕਟਰਾਂ ਦੇ ਵੱਲੋਂ ਦਫ਼ਤਰੀ ਕੰਮਕਾਜ ਬੰਦ ਕੀਤਾ ਗਿਆ, ਸਿਰਫ਼ ਐਮਰਜੈਂਸੀ ਸੇਵਾਵਾਂ ਚਾਲੂ ਨੇ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਉਹਨਾਂ ਦਾ ਐਨ ਪੀ ਏ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਜਿਹੜਾ ਧਰਨਾ ਹੈ ਐਨ ਪੀ ਏ ਦੀ ਕਟੌਤੀ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ, ਉਹਦੇ ਵਿਰੋਧ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰਾਂ ਦੇ ਹੱਕ ਨਾ ਮਾਰਨ ਔਰ ਐਨ ਪੀ ਏ ਦੀ ਜਿਹੜੀ ਕਟੌਤੀ ਹੈ ਉਹ ਵਾਪਸ ਲੈਂਦੇ ਹੋਇਆਂ ਸਾਡੀ ਐਨ ਪੀ ਏ ਨੂੰ ਬੇਸਿਕ ਪੇ ਦੇ ਵਿੱਚ ਲਿੰਕ ਕੀਤਾ ਜਾਵੇ ਤਾਂ ਜੋ ਸਾਡੇ ਹੱਕਾਂ ਦੀ ਰੱਖਿਆ ਹੋ ਸਕੇ। ਕੋਵਿਡ ਦੇ ਦੌਰਾਨ ਵੀ ਔਰ ਹੁਣ ਤੱਕ ਵੀ ਸਭ ਡਾਕਟਰਾਂ ਨੇ ਮਿਲ ਜੁਲ ਕੇ ਸਮਾਜ ਨੂੰ ਬਹੁਤ ਸੇਵਾਵਾਂ ਦਿੱਤੀਆਂ ਨੇ ਔਰ ਇਸ ਕਰਕੇ ਤੁਸੀਂ ਇਹ ਜਿਹੜਾ ਹੱਕ ਹੈ ਸਭ ਡਾਕਟਰਸ ਦਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ। 2 ਤਰੀਕ ਤੋਂ ਸਭ ਧਰਨੇ 'ਤੇ ਬੈਠੇ ਨੇ, ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਜਾਰੀ ਰਹਿਣਗੀਆਂ, ਲੇਕਿਨ ਜਿਹੜੀਆਂ ਓ ਪੀ ਡੀ ਸੇਵਾਵਾਂ ਨੇ ਉਹ ਕੁਛ ਜਦ ਤੱਕ ਸਾਡਾ ਸੰਘਰਸ਼ ਜਾਰੀ ਹੈ ਤਦ ਤੱਕ ਇਹ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਨੇ। ਅੱਜ ਸਰ ਅਸੀਂ ਸਭ ਇਕੱਠੇ ਇੱਥੇ ਹੋਏ ਹਾਂ ਕਿ ਸਾਰੇ ਫੋਰਫਰੰਟ 'ਤੇ ਅਸੀਂ ਆਏ ਹਾਂ ਤਾਂ ਕਿ ਸਾਡੀ ਮੰਗ ਸੁਣੀ ਜਾਏ ਔਰ ਐਨ ਪੀ ਏ ਨੂੰ ਤੁਸੀਂ ਮੁੜ ਬਹਾਲ ਕੀਤਾ ਜਾਏ। ਅੱਜ ਦੇ ਦਿਨ ਓ ਪੀ ਡੀ ਜਿਹੜੀ ਹੈ ਉਹ ਸਥਗਿਤ ਰਹੀ ਹੈ, ਲੇਕਿਨ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹ ਸਭ ਚੱਲਦੀਆਂ ਰਹਿਣਗੀਆਂ। ਸਿਵਲ ਸਰਜਨ ਦਫ਼ਤਰ ਨੂੰ ਤਲਬ? ਹਾਂਜੀ, ਅੱਜ ਸਿਵਲ ਸਰਜਨ ਦਫ਼ਤਰ ਸਭ ਇਕੱਠੇ ਹੋਏ ਨੇ ਔਰ ਉੱਥੇ ਤਾਲਾਬੰਦ ਕੀਤਾ ਗਿਆ ਅਤੇ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਜਲਦ ਤੋਂ ਜਲਦ ਐਲ ਪੀ ਏ ਨੂੰ ਬਹਾਲ ਕੀਤਾ ਜਾਏ। ਅੱਜ ਦਾ ਰੋਸ ਪ੍ਰਦਰਸ਼ਨ ਸਾਡਾ ਸਰਕਾਰ ਦੇ ਖਿਲਾਫ਼ ਹੀ ਹੈ, ਜਿਹੜੀ ਸਾਡੀ ਸਟ੍ਰਾਈਕ 40 ਦਿਨਾਂ ਤੋਂ ਚੱਲ ਰਹੀ ਹੈ, ਕਿਉਂਕਿ ਗਵਰਨਮੈਂਟ ਨੇ ਉਸਦੇ ਕੋਈ ਐਕਸ਼ਨ ਨਹੀਂ ਲਿਆ, ਕੋਈ ਸਾਡਾ ਕੋਈ ਰਿਟਰਨ ਦੇ ਵਿੱਚ ਸਾਨੂੰ ਹਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਦਿੱਤੀ, ਸਾਡੀਆਂ ਮੰਗਾਂ ਬਿਲਕੁਲ ਨਹੀਂ ਮੰਨੀਆਂ ਅਤੇ ਇਸ ਕਰਕੇ ਅਸੀਂ ਰੋਸ ਨੂੰ ਅੱਗੇ ਵਧਾਉਣ ਲਈ ਸਿਵਲ ਸਰਜਨ ਆਫਿਸ ਦੇ ਵਿੱਚ ਤਾਲਾ ਲਗਾਇਆ ਹੈ ਤਾਂ ਕਿ ਸਿਵਲ ਸਰਜਨ ਆਫਿਸ ਦਾ ਵੀ ਦਫ਼ਤਰੀ ਕੰਮ ਬੰਦ ਕੀਤਾ ਅਤੇ ਸਰਕਾਰ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਜਿਹੜੇ ਵੱਡੇ ਆਫਿਸਰਸ ਨੇ, ਸਾਡੇ ਸੀਨੀਅਰਸ ਨੇ, ਉਹ ਵੀ ਸਾਡੇ ਨਾਲ ਨੇ ਔਰ ਉਹ ਵੀ ਇਹੀ ਮੰਨਦੇ ਨੇ ਕਿ ਸਾਡੇ ਡਾਕਟਰਾਂ ਨਾਲ ਧੱਕਾ ਹੋ ਰਿਹਾ ਹੈ, ਸਾਡਾ ਐਨ ਪੀ ਏ ਜਿਹੜਾ ਵਧਾਉਣ ਦੀ ਬਜਾਏ ਘਟਾਇਆ ਜਾ ਰਿਹਾ ਹੈ ਔਰ ਉਹਨੂੰ ਪੇ ਨਾਲ ਡੀਲਿੰਗ ਕੀਤਾ ਜਾ ਰਿਹਾ ਹੈ, ਜਿਹੜੀ ਬਹੁਤ ਹੀ ਵੱਡੀ ਸਾਡੇ ਨਾਲ ਬਹੁਤ ਹੀ ਇੱਕ ਤਰ੍ਹਾਂ ਡਾਕਟਰਸ ਦੀ ਇੱਕ ਤਰ੍ਹਾਂ ਬੇਅਦਬੀ ਸ਼ੋ ਹੋ ਰਹੀ ਹੈ, ਜਿਹਨਾਂ ਨੇ ਕੋਵਿਡ ਦੇ ਵਿੱਚ ਵੀ ਕੋਈ ਪਿੱਛੇ ਨਹੀਂ ਹਟੇ ਔਰ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ, ਕਦੀ ਵੀ ਕੋਈ ਐਮਰਜੈਂਸੀ ਜਾਂ ਵੈਸੇ ਆਪਣੀਆਂ ਸੇਵਾਵਾਂ ਹਮੇਸ਼ਾ ਦਿੱਤੀਆਂ ਨੇ। ਰਾਤਾਂ ਨੂੰ ਜਾ ਕੇ ਆਪਣੇ ਬੱਚੇ ਕਈ ਵਾਰੀ ਨਾਲ ਲਿਜਾ ਕੇ ਅਸੀਂ ਹਸਪਤਾਲ ਜਾ ਕੇ ਵੀ ਅਸੀਂ ਮਰੀਜ਼ ਦੇਖਦੇ ਰਹੇ ਹਾਂ, ਰਾਤਾਂ ਨੂੰ ਦਿਨੇ ਵੀ ਅਸੀਂ ਹਮੇਸ਼ਾ ਤੁਰੇ ਰਹਿੰਦੇ ਹਾਂ, ਪਰ ਜਦੋਂ ਸਰਕਾਰ ਨੂੰ ਜਦੋਂ ਸਾਡੇ ਕੁਛ ਵਧਾਉਣ ਦੀ ਵਾਰੀ ਆਈ ਤਾਂ ਉਹ ਤੋਂ ਬਾਅਦ ਪੇ ਕਮਿਸ਼ਨ ਦਾ ਸ਼ੋ ਕਰਕੇ ਕਿ ਅਸੀਂ ਤਾਂ ਤਨਖਾਹਾਂ ਵਧਾ ਰਹੇ ਹਾਂ ਅਤੇ ਅੰਦਰੋਂ ਸਾਡੀਆਂ ਤਨਖਾਹਾਂ ਘਟਾ ਦਿੱਤੀਆਂ ਗਈਆਂ ਅਤੇ ਅਗਲਾ ਸੰਘਰਸ਼ ਫਿਰ ਸਾਨੂੰ ਵੈਸੇ ਤਾਂ ਪੀ ਸੀ ਐੱਮ ਐੱਸ ਐਸੋਸੀਏਸ਼ਨ ਹੀ ਡਿਸਾਈਡ ਕਰੇਗੀ, ਬਟ ਜੋ ਵੀ ਸਾਡੇ ਅੱਗੋਂ ਸਟੇਟ ਐਸੋਸੀਏਸ਼ਨ ਕਹੇਗੀ ਅਸੀਂ ਉਸ ਹਿਸਾਬ ਨਾਲ ਚੱਲਾਂਗੇ। ਸਾਨੂੰ ਐਮਰਜੈਂਸੀ ਵਗੈਰਾ ਦੇ ਵੀ ਸੋਚਣਾ ਪਏਗਾ, ਹਜੇ ਤੱਕ ਤਾਂ ਅਸੀਂ ਸਭ ਕੁਛ ਦੇ ਰਹੇ ਸੀਗੇ। ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ।